ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੁਲੇਟਿਨ ਵੇਖ ਰਹੇ ਹੋ ਤੁਸੀਂ। ਮੈਂ ਹਾਂ ਪ੍ਰਭਜੋਤ ਸਿੱਧੂ ਤੇ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। NRI ਪੰਜਾਬੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਦਿੱਲੀ ਏਅਰਪੋਰਟ ਤੇ ਕੀਤਾ ਸਹਾਇਤਾ ਕੇਂਦਰ ਸਥਾਪਿਤ, CM ਮਾਨ ਨੇ ਕੀਤਾ ਉਦਘਾਟਨ। ਸੈੱਟ ਸਾਹਮਣੇ ਪੇਸ਼ ਹੋਏ ਬਿਕਰਮਜੀਤ ਮਜੀਠੀਆ, ਡਰੱਗ ਕੇਸ 'ਚ ਪੇਸ਼ ਹੋਣ ਲਈ ਪਹੁੰਚੇ ਪਟਿਆਲਾ, ਮੁੱਖ ਮੰਤਰੀ ਭਗਵੰਤ ਮਾਨ ਤੇ ਭੜਕੇ ਮਜੀਠੀਆ। ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕੋਚ ਨੇ ਕਿਹਾ ਮੈਂ ਸਮਝਾਵਾਂਗਾ ਵਿਨੇਸ਼ ਨੂੰ, ਵਿਜੇਤਾ ਵਾਂਗ ਹਰਿਆਣਾ ਸਰਕਾਰ ਕਰੇਗੀ ਫੋਗਾਟ ਦਾ ਸਵਾਗਤ। ਅਰਸ਼ਦੀਪ ਕਲੇਰ ਤੇ ਚਰਨਜੀਤ ਬਰਾੜ ਹੋਏ ਆਮੋ ਸਾਹਮਣੇ, ਝੂਠਾ ਦੋਸ਼ ਲਗਾਉਣ ਤੇ ਕਲੇਰ ਨੇ ਬਰਾੜ ਨੂੰ ਭੇਜਿਆ ਲੀਗਲ ਨੋਟਿਸ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪ੍ਰਵਾਸੀ ਪੰਜਾਬੀਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਪੰਜਾਬ ਦੀ ਆਪ ਸਰਕਾਰ ਨੇ ਦਿੱਲੀ ਏਅਰਪੋਰਟ ਤੇ ਇੱਕ ਕਾਊਂਟਰ ਸਥਾਪਿਤ ਕੀਤਾ, ਜੋ ਕਿ 24 ਘੰਟੇ ਖੁੱਲ੍ਹਣ ਵਾਲਾ ਸਹਾਇਤਾ ਕੇਂਦਰ ਹੋਵੇਗਾ, ਜਿਸ ਦਾ ਉਦਘਾਟਨ CM ਮਾਨ ਨੇ ਕੀਤਾ। ਪੰਜਾਬ ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੇ ਆਉਣ ਜਾਣ ਵਾਲੇ NRIs ਪੰਜਾਬੀਆਂ ਦੀ ਸਹੂਲਤ ਦੇ ਲਈ ਸਹਾਇਤਾ ਕੇਂਦਰ ਸਥਾਪਿਤ ਕਰ ਦਿੱਤਾ। ਲੋਕਾਂ ਦੀ ਸਹੂਲਤ ਲਈ ਇੱਥੇ 24 ਘੰਟੇ ਕਰਮਚਾਰੀ ਤਾਇਨਾਤ ਰਹਿਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦੇ ਲਈ ਪੰਜਾਬ ਸਰਕਾਰ ਨੇ ਇੱਕ ਨਿੱਜੀ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ, ਪੰਜਾਬ ਸਹਾਇਤਾ ਕੇਂਦਰ ਖੋਲ੍ਹਾ ਹੈ। ਕਿਸੇ ਵੀ ਬੰਦੇ ਕੋ ਅਗਰ ਡਿਪਾਰਚਰ ਪੇ ਦਿੱਕਤ ਹੈ ਤੋ ਆ ਜਾਏ, ਟਰਮੀਨਲ 3 ਕੇ ਅਰਾਈਵਲ ਪੇ ਆ ਜਾਏ, ਅੰਦਰ ਹੀ ਹੈਲਪ ਸੈਂਟਰ ਹੈ। ਦੋ ਅਫਸਰੋਂ ਕੀ ਡਿਊਟੀ ਲਗਾਈ ਹੈ, ਕੰਪਿਊਟਰ ਲਗੇ ਹੋਏ ਹੈ, ਦੋ ਇਨੋਵਾ ਗਾੜੀਆਂ ਹਮਨੇ ਸਪੈਸ਼ਲੀ ਯਹਾਂ ਪੇ ਰੱਖੀ ਹੋਈ ਹੈ। ਕਿਆ ਪਤਾ ਕਿਸੀ ਕਾ ਸਮਾਨ ਨਾ ਆਏ, ਕਿਆ ਪਤਾ ਕਿਸੀ ਕੋ ਰਾਤ ਬਿਤਾਨੀ ਪੜੇ, ਹਾਉ ਹੋਟਲ ਨਹੀਂ ਮਿਲ ਰਹਾ, ਜੇ ਵੋ ਹੋਟਲ ਵੀ ਛੋੜ ਕੇ ਆ ਸਕਤੇ ਹੈ, ਅਦਰਵਾਈਜ਼ ਕੋਈ ਐਸੀ ਦਿੱਕਤ ਹੈ ਤੋ ਪੰਜਾਬ ਭਵਨ ਮੇ ਹਮ ਸਪੈਸ਼ਲ ਅਰੇਂਜਮੈਂਟ ਕਰਕੇ ਉਨਕਾ ਪੰਜਾਬ ਭਵਨ ਮੇ ਰਹਿਣੇ ਕਾ ਇੰਤਜ਼ਾਮ ਕਰ ਸਕਤੇ ਹੈ। ਅਗਲੇ ਦਿਨ ਉਨਕੋ ਉਨਕੀ ਜੋ ਫਲਾਈਟ ਹੈ ਆਗੇ ਵਾਲੀ, ਉਸਮੇ ਹਮ ਉਸਕਾ ਪ੍ਰਬੰਧ ਕਰਵਾ ਸਕਦੇ। ਤੋ ਪੰਜਾਬ ਪਹਿਲਾ ਸਟੇਟ ਹੈ ਜਿਸਨੇ ਇੰਟਰਨੈਸ਼ਨਲ ਏਅਰਪੋਰਟ ਕੇ ਟਰਮੀਨਲ 3 ਕੇ ਅਰਾਈਵਲ ਪਰ ਯੇ ਇੰਤਜ਼ਾਮ ਕੀਆ ਹੈ। ਸ਼ਰੂਤੀ ਇੱਕ ਨੰਬਰ ਬਤਾ ਦੋ, ਹਮ ਇੱਕ ਨੰਬਰ ਬਤਾਨੇ ਜਾ ਰਹੇ ਹਾਂ ਆਪਕੋ ਕਿ ਜਿਸਪੇ ਫੋਨ ਕਰਕੇ ਕੋਈ ਵੀ ਦਿੱਕਤ ਹੋ ਆਪ ਆਰਾਮ ਸੇ ਹਮਾਰੇ ਪਾਸ ਆ ਜਾਈਏਗਾ, ਬਾਕੀ ਕੰਮ ਹਮਾਰਾ ਹੈ। 612-32-182 ਇਹ ਨੰਬਰ ਹੈ, ਤੁਸੀਂ ਫੋਨ ਕਰੋ, ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ, ਪੰਜਾਬੀ 'ਚ ਲਿਖਿਆ ਹੋਇਆ, ਅੰਗਰੇਜ਼ੀ 'ਚ ਵੀ ਲਿਖਿਆ ਹੋਇਆ, ਤੁਸੀਂ ਆਓ, ਜੋ ਤੁਹਾਨੂੰ ਹੈਲਪ ਚਾਹੀਦੀ ਹੈ। ਕੋਈ ਤੁਹਾਨੂੰ ਹੋ ਸਕਦਾ ਤੁਹਾਨੂੰ ਇਹ ਹੀ ਨਾ ਪਤਾ ਹੋਵੇ, ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਜੀ ਏਅਰਲਾਈਨ ਕਿਹੜੇ ਕਾਊਂਟਰ 'ਤੇ, 34 ਨੰਬਰ 'ਤੇ ਹੈ, 35 ਨੰਬਰ 'ਤੇ, ਉਹ ਸਾਰਾ ਕੁਝ ਅਸੀਂ ਦੱਸ ਕੇ ਆਵਾਂਗੇ। ਇਹ ਸੁਵਿਧਾ ਕੇਂਦਰ ਦਿੱਲੀ ਦੇ ਹਵਾਈ ਅੱਡੇ ਦੇ ਟਰਮੀਨਲ 3 ਦੇ ਕੋਲ ਬਣਾਇਆ ਗਿਆ। ਇਹ ਕੇਂਦਰ ਪ੍ਰਵਾਸੀ ਪੰਜਾਬੀਆਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਬਣਾਇਆ ਗਿਆ। ਪੰਜਾਬ ਸਰਕਾਰ ਇਸ ਕੇਂਦਰ ਦੇ ਵਿੱਚ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕਰੇਗੀ। ਪ੍ਰਵਾਸੀ ਪੰਜਾਬੀਆਂ ਨੂੰ ਇੱਥੇ ਪੰਜਾਬ ਭਵਨ ਜਾਂ ਫਿਰ ਨਜ਼ਦੀਕੀ ਥਾਵਾਂ 'ਤੇ ਛੱਡਣ ਲਈ ਕੇਂਦਰ ਵਿੱਚ 2 ਇਨੋਵਾ ਵਾਹਨ ਵੀ ਤਾਇਨਾਤ ਕੀਤੇ ਜਾਣਗੇ। ਹੰਗਾਮੀ ਹਾਲਤ ਵਿੱਚ ਮਹਿਮਾਨਾਂ ਨੂੰ ਪੰਜਾਬ ਭਵਨ ਵਿੱਚ ਕਮਰਿਆਂ ਦੀ ਸਹੂਲਤ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਸੁਵਿਧਾ ਕੇਂਦਰ ਦਾ ਹੈਲਪ ਨੰਬਰ 011161
23-21-82 ਜਾਰੀ ਕੀਤਾ ਹੈ। ਕਈ ਵਾਰ ਬੁਲਾਉਣ ਤੋਂ ਬਾਅਦ ਅੱਜ ਬਿਕਰਮਜੀਤ ਮਜੀਠੀਆ ਸੈੱਟ ਦੇ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ, ਜਿੱਥੇ ਉਹਨਾਂ ਨੇ ਸੀਐਮ ਮਾਨ ਖਿਲਾਫ਼ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਮੈਂ ਸਰਕਾਰ ਦੇ ਖਿਲਾਫ਼ ਬੋਲਦਾ ਰਹਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਡਰੱਗ ਮਾਮਲੇ ਵਿੱਚ ਅੱਜ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ। ਇਹ ਪੇਸ਼ੀ ਪਟਿਆਲਾ ਦੇ ਵਿੱਚ ਹੋਈ, ਜਿੱਥੇ ਉਹ ਉਚੇਚੇ ਤੌਰ 'ਤੇ ਪਹੁੰਚੇ। ਇਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇ ਹੱਥੀ ਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾ ਦੇਣਾ ਚਾਹੀਦਾ, ਕਿਉਂਕਿ ਇਹ ਸਭ ਕੁਝ ਉਹਨਾਂ ਦੇ ਇਸ਼ਾਰੇ 'ਤੇ ਹੀ ਹੋ ਰਿਹਾ। ਆਨਰੇਬਲ ਸੁਪਰੀਮ ਕੋਰਟ 'ਚ ਉਦਣ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ, ਇਹਨਾਂ ਨੂੰ ਮਿਲੀ ਕੋਈ ਨਹੀਂ। ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਹਲੇ ਅੱਧਾ ਘੰਟਾ ਨਹੀਂ ਬੀਤਿਆ ਸੀ, ਮੈਨੂੰ ਫੇਰ ਸੱਦ ਲਿਆ। ਜਦੋਂ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰ ਲਈ, ਤੁਹਾਨੂੰ ਰਾਹਤ ਨਹੀਂ ਮਿਲੀ। ਹਾਈ ਕੋਰਟ 'ਚ ਤੁਸੀਂ ਐਫੀਡੈਵਿਟ ਦਿੱਤਾ ਕਿ ਹਾਂ ਅਸੀਂ ਅੱਗਿਓਂ ਨਹੀਂ ਸੱਦਾਂਗੇ, ਫੇਰ ਸੱਦ ਲਿਆ। ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਆ, ਔਰ ਸਿਆਸਤ ਦਾ ਕਾਰਨ ਸਿਰਫ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਨਾ ਬੋਲੋ। ਦੇਖੋ, ਮੈਂ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ। ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ, ਨਾ ਮੈਂ ਡਰਨ ਵਾਲਾ। 11 ਵਾਰੀ ਸੱਦਿਆ ਜੀ, 7 ਵਾਰੀ ਮੈਂ ਪੇਸ਼ ਹੋ ਗਿਆ ਜੀ। ਇੱਕ ਵਾਰੀ ਮੈਂ ਫੇਰ ਦੱਸਦਿਆਂ, ਸ਼ਹੀਦੀ ਦਿਹਾੜਾ ਸੀ, ਮੈਂ ਨਹੀਂ ਪੇਸ਼ ਹੋਣਾ ਸੀ, ਮੈਂ ਗੁਰੂ ਘਰ ਨਤਮਸਤਕ ਹੋਣਾ ਸੀ, ਮੈਂ ਕਹਿ ਕੇ ਗਿਆ ਸੀ। 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ 'ਚ, ਜਿਹਦੇ 'ਚ ਮੇਰੇ ਤੋਂ ਮਾਫ਼ੀ ਮੰਗੀ। ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ? ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹਾ ਅਖਬਾਰਾਂ 'ਚ ਆਇਆ, ਸੰਜੇ ਸਿੰਘ ਪੇਸ਼ ਹੋਇਆ, ਨਿਊਜ਼ ਚੈਨਲਾਂ ਨੇ ਖਬਰ ਚਲਾਈ, ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ 'ਚ ਛਪਿਆ ਕਿ ਮਜੀਠੀਏ ਦੀ ਫਲਾਣੀ ਤਰੀਕ ਦੀ। ਮੈਂ ਇੱਕ ਐਡਾ ਕੋਇੰਸੀਡੈਂਸ ਕਿ ਜਿਸ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕਿਸੇ ਯਾਰ ਨਾਲ ਪੇਚਾ ਹੁੰਦਾ, ਉਸ ਦਿਨ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ। ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ। ਹੁਣ ਮੈਂ ਕੋਰਟ ਜਾਣਾ ਸੀ, ਇਹਨਾਂ ਕੋਲ ਤਾਂ ਆਉਣਾ ਨਹੀਂ ਸੀ, ਇਹਨਾਂ ਦੀ ਸ਼ਰਾਰਤ ਸੀ ਮੈਂ ਕੋਰਟ ਜਾਵਾਂ ਨਾ, ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀਆ ਐਤ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ, ਮਤਲਬ ਇਹ ਆਪਦੀ ਗਵਾਹੀ ਨਹੀਂ ਦੇ ਸਕਦਾ। ਪਰਪਸਲੀ ਮੈਨੂੰ ਗਵਾਹੀ 'ਚ ਰੋਕਣ ਵਾਸਤੇ ਮੈਂ, ਭਾਈ ਤੁਸੀਂ ਫਿਰ ਇਹ SIT ਬੁਲਾਈ ਮੈਨੂੰ CM ਹਾਊਸ ਦਿਆ ਕਰੇ, ਕਿਉਂਕਿ ਆਰਡਰ ਤਾਂ ਉੱਥੋਂ ਚੱਲ ਰਿਹਾ। ਭਗਵੰਤ ਮਾਨ ਨਾਲ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ, ਉਹ ਗੈਰ ਕਾਨੂੰਨੀ ਕੰਮ ਹੈ। ਭਗਵੰਤ ਮਾਨ ਨਾਲ ਰਿਕਾਰਡ ਹੈ ਕਿ ਇਹ 'ਚ ਕਮੀ ਪੇਸ਼ੀਆਂ, ਮਤਲਬ ਕਮੀ ਤੁਸੀਂ ਪੂਰੀਆਂ ਕਰਨੀਆਂ। ਬਿਕਰਮ ਮਜੀਠੀਆ ਨੇ ਆਖਿਆ ਕਿ ਮੈਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ, ਪਰ ਮੈਂ ਕਿਸੇ ਤੋਂ ਡਰਦਾ ਨਹੀਂ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਸੈੱਟ ਮੈਨੂੰ ਵਾਰ ਵਾਰ ਜਾਂਚ ਦੇ ਲਈ ਬੁਲਾ ਰਹੀ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਕਿ ਸੈੱਟ ਦੇ ਉੱਪਰ ਕਿੰਨਾ ਦਬਾਅ ਹੈ, ਜਦਕਿ ਮੇਰਾ ਇਸ ਮਾਮਲੇ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਮੈਂ ਬੋਲਦਾ ਰਿਹਾ ਅਤੇ ਹਮੇਸ਼ਾ ਬੋਲਦਾ ਰਹਾਂਗਾ। ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ। ਡਿਸਕੁਆਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਜਦਕਿ ਸੂਬੇ ਦੀ ਸਰਕਾਰ ਵੱਲੋਂ ਫੋਗਾਟ ਦਾ ਸਵਾਗਤ ਇੱਕ ਵਿਜੇਤਾ ਵਾਂਗ ਕਰਨ ਦੀ ਗੱਲ ਆਖੀ ਗਈ ਹੈ। ਓਲੰਪਿਕ ਚੋਂ ਡਿਸਕੁਆਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪਹਿਲਵਾਨ ਵਿਨੇਸ਼ ਫੋਗਾਟ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਰਿਣੀ ਰਹਿਣਗੇ। ਜਿਸ 'ਤੇ ਫੋਗਾਟ ਦੇ ਕੋਚ ਮਹਾਂਵੀਰ ਫੋਗਾਟ ਦਾ ਕਹਿਣਾ ਕਿ ਉਹ ਇਸ ਸੰਬੰਧੀ ਵਿਨੇਸ਼ ਦੇ ਨਾਲ ਗੱਲ ਕਰਕੇ ਉਸਨੂੰ ਸਮਝਾਉਣਗੇ। ਦੇਖੀਏ, ਜੋ 16 ਓਲੰਪਿਕ ਲਿਆ ਉਸਨੂੰ ਜੋ ਉਹਨਾਂ ਪੂਰੀ ਆਸਮਿਤ ਸੀ
ਗੋਲਡ ਮੈਡਲ ਕੀ ਔਰ 20ਵੀਂ ਥੀ ਲੇਕਿਨ ਰਹਿ ਗਏ ਔਰ 24ਵੀਂ ਤੋਂ ਪੱਕਾ ਹੀ ਹੋਤਾ ਵੀ ਜੋ ਓਲੰਪਿਕ ਗੋਲਡ ਮੈਡਲ ਲੇਗੀ ਔਰ ਉਹ ਜੋ ਵੰਚਿਤ ਰਹੇਗੀ ਡਿਸਕੁਆਲੀਫਾਈ ਕਰਦੀ ਤੋ ਸਭ ਇੱਕ ਬਾਤ ਹੈ ਜੋ ਕੋਈ ਵੀ ਹੋ ਤੋ ਕਿਉਂ ਉਸਕੀ ਜੋ ਆਤਮਾ ਬਰਾਤੀ ਹੈ ਮਹਿਸੂਸ ਕਰਤਾ ਵੀ ਛੋੜ ਦੋ ਇਸ ਦੁੱਖ ਹੋਤਾ ਉਸਕੋ ਬਈ ਜੋ ਤੀਨ ਇਵੈਂਟ ਲੜ ਲਿਆ ਉਸਨੇ ਤੋ ਇਹ ਵੋ ਆਏਗੀ ਉਸ ਸਭ ਮਿਲ ਕੇ ਬਜ਼ੁਰਗ ਹਮ ਸਭ ਮਿਲ ਕੇ ਜੋ ਕਰੇਂਗੇ ਉਸਕੋ ਸਮਝ ਆਏਗੀ ਫਿਰ ਇਸਕੇ ਬਾਅਦ ਮੈਂ ਕੋਈ ਫੈਸਲਾ ਹੋਗਾ ਦੁਬਾਰਾ ਖੇਲਣੇ ਕੇ ਲਈ ਪ੍ਰਯਾਸ ਕਰੇਂਗੇ ਆਪ ਹਾਂ ਬਿਲਕੁਲ ਇਹ ਤੋ ਕੋਸ਼ਿਸ਼ ਹੋਗੀ 2028 ਕੇ ਲਈ ਜੋ ਉਸਕੋ ਜੋ ਸਮਝ ਆਏਗੀ ਵੀ ਹਮ ਸਭ ਮਿਲ ਕੇ ਆਏਗੀ ਜੋ ਬੈਠ ਕਰਕੇ ਕਰੇਂਗੇ ਬਾਤ ਵੀ ਲੜਨਾ ਹੈ ਜਾਂ ਨਹੀਂ ਕੈਸੀ ਸਭ ਮਿਲ ਬੈਠ ਕੇ ਬਾਤ ਕਰੇਂਗੇ ਉਧਰ ਇਸ ਮੌਕੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਖਿਆ ਗਿਆ ਕਿ ਉਹਨਾਂ ਦੀ ਸਰਕਾਰ ਫੋਗਾਟ ਦਾ ਸਵਾਗਤ ਇੱਕ ਮੈਡਲਿਸਟ ਵਾਂਗ ਹੀ ਕਰੇਗੀ ਅਤੇ ਇੱਕ ਜੇਤੂ ਨੂੰ ਜੋ ਵੀ ਸਹੂਲਤਾਂ ਅਤੇ ਇਨਾਮ ਦਿੱਤੇ ਜਾਂਦੇ ਨੇ ਉਹ ਸਭ ਫੋਗਾਟ ਨੂੰ ਵੀ ਦਿੱਤੇ ਜਾਣਗੇ ਜਿਸ ਤੇ ਫੋਗਾਟ ਦੇ ਕੋਚ ਮਹਾਵੀਰ ਫੋਗਾਟ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਬਹੁਤ ਬੜੀਆ ਜੋ ਸ਼ੁਰੂਆਤ ਕੀ ਹੈ ਜੋ ਮੁੱਖ ਮੰਤਰੀ ਨੇ ਜੋ ਪਲੇਅਰ ਜੋ ਸੋਚਿਆ ਵੀ ਜੋ ਮੰਨ ਲਿਆ ਵੀ ਉਸਕਾ ਸਿਲਵਰ ਮੈਡਲ ਥਾ ਤੋ ਬਹੁਤ ਬੜੀਆ ਘੋਸ਼ਣਾ ਹੈ ਤੋ ਮੁੱਖ ਮੰਤਰੀ ਕਾ ਜੋ ਘੋਸ਼ਣਾ ਉਸਕੋ ਸਮਰਥਨ ਕਰੋ ਬਿਲਕੁਲ ਉਸ ਸਮਰਥਨ ਕਰਤਾ ਹੂੰ ਬਹੁਤ ਬੜੀਆ ਕਦਮ ਹੈ ਜੀ ਤੋ ਔਰ ਬੱਚੋਂ ਕੋ ਵੀ ਕਹੀਂ ਨਾ ਕਹੀਂ ਪ੍ਰੇਰਣਾ ਮਿਲੇਗੀ ਬਿਲਕੁਲ ਪ੍ਰੇਰਣਾ ਮਿਲੇਗੀ ਜੋ ਭਵਿਸ਼ਯ ਮੇਂ ਜੋ ਐਸੀ ਘਟਨਾ ਘਟਤੀ ਹੈ ਹੋਤਾ ਹੈ ਤੋ ਇਹ ਪਹਿਲ ਕੀ ਹੈ ਮੁੱਖ ਮੰਤਰੀ ਧੰਨਵਾਦ ਕਿ ਇਸਕੇ ਜੋ ਗੇਮ ਕੇ ਪ੍ਰਤੀ ਜੋ ਇਨਕੀ ਸੋਚ ਹੈ ਜੋ ਗੇਮ ਕੋ ਅਗੇ ਬਢਾਉਣਾ ਚਾਹਤੇ ਹੈ ਜੋ ਪ੍ਰੋਤਸਾਹਨ ਰਾਸ਼ੀ ਜੀ ਜੋ ਘੋਸ਼ਣਾ ਕੀ ਹੈ ਧੰਨਵਾਦ ਕਰਤਾ ਹੂੰ ਹਰਿਆਣਾ ਸਰਕਾਰ ਕੋ ਦੱਸ ਦਈਏ ਕਿ ਇੱਕ ਭਾਵੁਕ ਸੋਸ਼ਲ ਮੀਡੀਆ ਪੋਸਟ ਪਾ ਕੇ ਫੋਗਾਟ ਨੇ ਆਪਣੇ 24 ਸਾਲਾਂ ਦੇ ਕਰੀਅਰ ਦਾ ਜ਼ਿਕਰ ਕੀਤਾ ਅਤੇ ਲਿਖਿਆ ਅਲਵਿਦਾ ਕੁਸ਼ਤੀ 2001 ਤੋਂ 2024 ਪਹਿਲਵਾਨ ਵਿਨੇਸ਼ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਉਸ ਤੋਂ ਮੁਆਫ਼ੀ ਮੰਗੀ ਅਤੇ ਲਿਖਿਆ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮੈਨੂੰ ਮਾਫ਼ ਕਰਨਾ ਤੁਹਾਡਾ ਸੁਪਨਾ ਮੇਰਾ ਹੌਂਸਲਾ ਟੁੱਟ ਗਿਆ ਮੇਰੇ ਕੋਲੋਂ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਜਿੱਥੇ ਪਹਿਲਾਂ ਬਾਗੀ ਅਕਾਲੀ ਤੇ ਸ਼੍ਰੋਮਣੀ ਅਕਾਲੀ ਦਲ ਆਹਮਣੇ ਸਾਹਮਣੇ ਸੀ ਤਾਂ ਉੱਥੇ ਹੀ ਹੁਣ ਦੋਵਾਂ ਤਰ੍ਹਾਂ ਦੇ ਲੀਡਰ ਵੀ ਆਹਮੋ ਸਾਹਮਣੇ ਹੋ ਗਏ ਨੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਚਰਨਜੀਤ ਬਰਾੜ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਕਲੇਰ ਨੇ ਅਦਾਲਤ ਵਿੱਚ ਇਹ ਹਲਫੀਆ ਬਿਆਨ ਦਾਇਰ ਕੀਤਾ ਸੀ ਕਿ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਡੇਰਾ ਸਰਸਾ ਦੇ ਮੈਂਬਰ ਬੇਕਸੂਰ ਨੇ ਇਸ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਚਰਨਜੀਤ ਬਰਾੜ ਸਾਹਿਬ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਜਿੱਥੇ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਔਰ ਖਾਸ ਕਰਕੇ ਮੇਰੇ ਤੇ ਲਾਏ ਕਿ ਜੀ ਕਲੇਰ ਨੇ ਇੱਕ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਉਹ ਹਲਫਨਾਮਾ ਦਾਇਰ ਕੀਤਾ ਬੇਅਦਬੀਆਂ ਦੇ ਕੇਸ ਦੇ ਵਿੱਚ ਔਰ ਬੇਅਦਬੀਆਂ ਦੇ ਕੇਸ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਗੱਲ ਕਹੀ ਗਈ ਹੈ ਕਿ ਜਿਹੜੇ ਡੇਰੇ ਦੇ ਅਕਿਊਜ਼ਡ ਬਣਾਏ ਹੋਏ ਲੋਕ ਨੇ ਉਹ ਬੇਦੋਸ਼ੇ ਨੇ ਤੇ ਸੀਬੀਆਈ ਨੇ ਬੜੀ ਸਹੀ ਇਨਵੈਸਟੀਗੇਸ਼ਨ ਕੀਤੀ ਔਰ ਫੈਕਟ ਆਫ ਦਾ ਮੈਟਰ ਹੈ ਕਿ ਮੈਂ ਕਦੇ ਐਸਾ ਕੋਈ ਹਲਫਨਾਮਾ ਕਿਸੇ ਕੋਰਟ ਦੇ ਵਿੱਚ ਦਾਇਰ ਹੀ ਨਹੀਂ ਕੀਤਾ ਮੈਂ ਪਿਛਲੇ 7 ਸਾਲ ਤੋਂ ਜਦੋਂ ਪਹਿਲਾਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਮੋਹਾਲੀ ਕੋਰਟ ਚ ਉੱਥੇ ਉਹਦਾ ਵਿਰੋਧ ਕੀਤਾ ਕਿਉਂਕਿ ਜਿਹੜਾ ਐਸ ਜੀ ਪੀ ਸੀ ਦਾ ਇੱਕ ਮੈਨੇਜਰ ਹੈ ਕੁਲਵਿੰਦਰ ਸਿੰਘ ਜਿਹੜਾ ਕਿ ਕੰਪਲੇਨੈਂਟ ਹੈ ਬੁਰਜਵਾਰ ਸਿੰਘ ਵਾਲਾ ਜਿੱਥੋਂ ਮਹਾਰਾਜ ਦੇ ਸਰੂਪ ਚੋਰੀ ਹੋਏ ਤੇ ਜਿੱਥੇ ਇਹ ਬੇਅਦਬੀ ਦੀ ਘਟਨਾ ਹੋਈ ਹੈ ਤੇ ਉਹ ਤਿੰਨੇ ਐਫ ਆਈ ਆਰਾਂ ਦੇ ਵਿੱਚ ਉਹ ਕੰਪਲੇਨੈਂਟ ਹੈ ਕੁਲਵਿੰਦਰ ਸਿੰਘ
ਜੀ। ਸੋ ਮੈਂ ਕੁਲਵਿੰਦਰ ਸਿੰਘ ਦਾ ਵਕੀਲ ਹਾਂ ਤੇ ਮੈਂ ਲਗਾਤਾਰ ਇਹਦੀ ਪੈਰਵਾਈ ਕਰ ਰਿਹਾ। ਪਹਿਲਾਂ ਮੈਂ ਇੱਕ ਸਾਲ ਮੋਹਾਲੀ ਕੋਰਟ ਲੜਾਈ ਲੜੀ ਤਾਂ ਕਿ ਇਹ ਕਲੋਜ਼ਰ ਰਿਪੋਰਟ ਇਹ ਵਾਪਸ ਹੋਵੇ। CBI ਦੇ ਉੱਤੇ ਅਸੀਂ ਬੜੇ ਗੰਭੀਰ ਦੋਸ਼ ਲਾਏ ਬਤੌਰ ਵਕੀਲ ਦੇ ਕਿ CBI ਜਾਣ ਬੁੱਝ ਕੇ ਕਲੋਜ਼ਰ ਰਿਪੋਰਟ ਫਾਈਲ ਕਰ ਰਹੀ ਹੈ। ਇਹਨਾਂ ਦੀ ਮਨਸ਼ਾ ਹੀ ਹੈ ਨਹੀਂ ਇਨਵੈਸਟੀਗੇਟ ਕਰਨ ਦੀ। ਐਡੀ ਵੱਡੀ ਏਜੰਸੀ ਹੋਵੇ ਦੇਸ਼ ਦੀ ਤੇ ਉਹ ਬੇਅਦਬੀ ਦੇ ਦੋਸ਼ੀ ਨਾ ਲੱਭ ਸਕੇ। ਕਿੱਥੇ ਤਾਂ ਅਸੀਂ ਲੜਾਈ ਲੜ ਰਹੇ ਹਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ, ਕਿੱਥੇ ਚਰਨਜੀਤ ਬਰਾੜ ਇੱਕ ਨਿੱਜੀ ਚੈਨਲ ਤੇ ਬੈਠ ਕੇ ਗੱਲ ਕਹਿਣ ਕਿ ਜੀ ਇੱਕ ਐਫੀਡੈਵਿਟ ਦਾਇਰ ਕੀਤਾ ਜਿਹਦੇ ਚ ਇਹ ਗੱਲ ਕਹੀ ਗਈ ਹੈ ਕਿ ਜੀ ਡੇਰਾ ਬੇਕਸੂਰ ਹੈ ਤੇ CBI ਦੀ ਇਨਵੈਸਟੀਗੇਸ਼ਨ ਸਹੀ ਹੈ। ਦੇਖੋ ਦੋਨੋਂ ਗੱਲਾਂ ਦੇ ਵਿੱਚ ਦਿਨ ਰਾਤ ਦਾ ਫਰਕ ਹੈ ਜੀ। ਔਰ ਇਸੇ ਗੱਲ ਕਰਕੇ ਮੈਂ ਉਹਨਾਂ ਨੂੰ ਡੈਫੇਮੇਸ਼ਨ ਦਾ ਨੋਟਿਸ ਭੇਜਿਆ ਕਿ ਐਫੀਡੈਵਿਟ ਲਿਆਓ ਕਿੱਥੇ। ਅਗਰ ਤੁਸੀਂ ਉਹ ਨਹੀਂ ਦਿਖਾਉਂਦੇ ਫਿਰ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਰਿਟਨ ਅਪੋਲੋਜੀ ਟੈਂਡਰ ਕਰੋ ਕਿ ਤੁਸੀਂ ਗਲਤੀ ਕੀਤੀ ਹੈ। ਇਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਆਪਣੇ ਮੁਫਾਦ ਨੇ ਜਾਤੀਗਤ ਤੇ ਪੋਲੀਟੀਕਲ, ਇਹਨਾਂ ਦੇ ਝੂਠ ਨੂੰ ਲੋਕਾਂ ਸਾਹਮਣੇ ਨੰਗਿਆ ਕੀਤਾ ਜਾ ਸਕੇ। ਤੇ ਹੁਣ ਮੈਨੂੰ ਆਸ ਹੈ ਕਿ ਜਾਂ ਤਾਂ ਐਫੀਡੈਵਿਟ ਲੈ ਕੇ ਆਉਣਗੇ ਪਰ ਉਹ ਲਿਆਂਦਾ ਨਹੀਂ ਜਾਣਾ ਕਿਉਂਕਿ ਹੈ ਐਫੀਡੈਵਿਟ ਕੋਈ ਨਹੀਂ। ਤੇ ਹੁਣ ਮੈਂ ਇਹਨਾਂ ਨੂੰ ਕਹਿਣਾ ਕਿ ਮਾਫ਼ੀ ਮੰਗ ਲੈਣ ਤਾਂ ਚੰਗੀ ਗੱਲ ਹੈ, ਅਗਰ ਨਹੀਂ ਮਾਫ਼ੀ ਮੰਗਣਗੇ ਤਾਂ ਮੈਂ ਇਸ ਮਸਲੇ ਨੂੰ ਅੱਗੇ ਕੋਰਟ ਦੇ ਵਿੱਚ ਲੈ ਕੇ ਜਾਵਾਂਗਾ। ਉਹਨਾਂ ਵੱਲੋਂ ਭੇਜੇ ਲੀਗਲ ਨੋਟਿਸ ਦੇ ਵਿੱਚ ਉਹਨਾਂ ਦੇ ਵਕੀਲ ਨੇ ਕਿਹਾ ਕਿ ਕਲੇਅਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਜਿਹਾ ਕੋਈ ਵੀ ਹਲਫੀਆ ਬਿਆਨ ਦਾਇਰ ਨਹੀਂ ਕੀਤਾ ਤੇ ਲੋਕਾਂ ਸਾਹਮਣੇ ਐਡਵੋਕੇਟ ਕਲੇਅਰ ਦੇ ਅਕਸ ਨੂੰ ਢਾ ਲਾਉਣ ਵਾਸਤੇ ਜਾਣ ਬੁੱਝ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ। ਨੋਟਿਸ 'ਚ ਕਿਹਾ ਗਿਆ ਕਿ ਚਰਨਜੀਤ ਬਰਾੜ ਨੇ ਝੂਠਾ ਦੋਸ਼ ਲਗਾਇਆ ਕਿ ਐਡਵੋਕੇਟ ਕਲੇਅਰ ਸਾਬਕਾ DGP ਸੁਮੇਧ ਸਿੰਘ ਸੈਣੀ ਦੀ ਇੱਕ ਕੇਸ ਦੇ ਵਿੱਚ ਪ੍ਰਤੀਨਿਧਤਾ ਕਰ ਰਹੇ ਨੇ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊਜ਼ ਨੂੰ ਲੈ ਕੇ ਬੀਤੇ ਦਿਨੀ ਸੈੱਟ ਦੇ ਵੱਲੋਂ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਗਈ, ਜਿਸ ਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬੁਰੀ ਤਰ੍ਹਾਂ ਨਾਲ ਭੜਕ ਗਏ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ ਇੰਟਰਵਿਊਜ਼ ਨੂੰ ਲੈ ਕੇ ਬੀਤੇ ਦਿਨੀ ਸੈੱਟ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਪਹਿਲੀ ਇੰਟਰਵਿਊ CIA ਖਰੜ ਵਿੱਚ ਹੋਈ ਸੀ। ਇਸ ਮਾਮਲੇ ਦੇ ਵਿੱਚ ਕਾਂਗਰਸ ਲੀਡਰ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਤੰਜ ਕੱਸੇ ਨੇ। ਇਸ ਮਾਮਲੇ ਦੇ ਵਿੱਚ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਤਾਂ 7-8 ਮਹੀਨੇ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹ ਇੰਟਰਵਿਊ ਖਰੜ ਦੇ ਵਿੱਚ ਹੋਇਆ, ਪਰ ਇਸ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਅਦਾਲਤੋਂ ਕੇ ਸਮਾਨ ਕਰਤਾ ਹੂੰ ਉਨਕਾ ਕਿ ਉਨਕੇ ਇੱਕ ਸਹੀ ਫੈਸਲਾ ਦਿਆ ਅੱਜ ਔਰ ਹਮੇਂ ਵੀ ਕੁਛ ਉਮੀਦ ਆਗੇ ਜਾਗੀ ਹੈ ਵੀ ਕੁਛ ਨਾ ਕੁਛ ਜੋ ਹਮਾਰਾ ਭਰੋਸਾ ਕਮ ਸੇ ਕਮ ਅਦਾਲਤੋਂ ਸੇ ਤੋ ਨਹੀਂ ਟੂਟੇਗਾ। ਅਦਾਲਤ ਬੇਸ਼ੱਕ ਸਪੀਡ ਧੀਮੀ ਹੋ ਕਿਉਂਕਿ ਉਨਕੀ ਵੀ ਇੱਕ ਮਰਿਆਦਾ ਹੋਤੀ ਹੈ, ਲੇਕਿਨ ਜਸਟਿਸ ਕੀ ਤਰਫ ਬੜ੍ਹ ਤੋ ਰਹੇ ਹੈ ਕਮ ਸੇ ਕਮ। ਜੋ ਵੀ ਪਟੀਸ਼ਨ ਡਾਲੀ ਜਾਤੀ ਹੈ ਉਸਕਾ ਕੋਈ ਨਾ ਕੋਈ ਨਿਰਣਾ ਤੋ ਆ ਹੀ ਰਿਹਾ ਹੈ ਨਾ ਕਿ। ਔਰ ਜਹਾਂ ਤੱਕ ਮੈਂ ਬਾਤ ਕਰੂੰ ਲਾਰੈਂਸ ਬਿਸ਼ਨੋਈ ਕੀ, ਲਾਰੈਂਸ ਬਿਸ਼ਨੋਈ ਪੰਜਾਬ ਸਰਕਾਰ ਕਾ ਮਹਿਮਾਨ ਹੈ ਔਰ ਉਸਨੇ ਮਹਿਮਾਨਬਾਜ਼ੀ ਕੇ ਤਹਿਤ ਪੂਰੇ ਪੰਜਾਬ ਕਾ ਦੌਰਾ ਵੀ ਕੀਆ। ਪਹਿਲੇ ਏਕ ਏਕ ਥਾਣੇ ਮੇਂ ਉਹ ਦੋ ਦੋ ਤਿੰਨ ਤਿੰਨ ਰਾਤ ਸਭੀ ਥਾਣੋ ਮੇਂ ਲਗਭਗ ਰਹਿ ਕੇ ਗਿਆ ਹੈ, ਲੇਕਿਨ ਇਨਵੈਸਟੀਗੇਸ਼ਨ ਕਿਆ ਹੋਈ। ਮੈਂ ਤੋ ਅਭੀ ਇਸ ਬਾਤ ਪੇ ਆ ਗਿਆ ਹੂੰ ਕਿ ਮੈਂ ਅਭੀ ਮੇਰਾ ਅਗਰ ਮੇਰੇ ਕੋ ਬੇਸ਼ੱਕ ਸਵੇਰੇ ਗੈਂਗਸਟਰ ਮਾਰਨੇ ਹੈ ਮੇਰਾ ਪੰਜਾਬ ਪੁਲਿਸ ਕੋ ਕੰਪਲੇਂਟ ਲਿਖਾਣੇ ਕੋ ਦਿਲ ਨਹੀਂ ਕਰਤਾ, ਮੇਰਾ ਵਿਸ਼ਵਾਸ ਉੱਠ ਚੁੱਕਾ ਹੈ ਇਨਸੇ, ਕਿਉਂਕਿ ਇਨਹੋਨੇ ਵਹੀ ਬਾਤ ਕਰਨੀ ਹੈ ਜੋ ਇਨਕੋ ਉੱਪਰ ਸੇ ਬਤਾਇਆ ਜਾਏਗਾ। ਇਹ ਇਕੱਲਾ ਇੱਕ ਮੈਂ ਬੋਲੂੰ ਪੰਜਾਬ ਸਰਕਾਰ ਹੀ ਨਹੀਂ ਇਨਕੇ ਸਾਥ ਸੈਂਟਰ ਕੀ ਸਰਕਾਰ ਵੀ ਰਹੀ ਹੋਈ ਹੈ ਔਰ ਉਨਕੀ ਮਿਲੀ ਭੁਗਤ ਸੇ 268 ਲਾ ਕੇ ਔਰ ਲਾਰੈਂਸ ਬਿਸ਼ਨੋਈ ਕੋ
एक सेफ किया हुआ है उसे जेल में, और वो जेल में बैठकर बॉम्बे पुलिस की चार्जशीट के मुताबिक जो लॉरेंस ने जेल में बैठकर योजना बनाई और बॉम्बे पुलिस ने चार्जशीट में लिखा 1800 पन्ने की चार्जशीट पेश की अदालत में, और उन्हें पुख्ता सबूत दिए कि सलमान के घर पे फायरिंग करने के लिए जो प्लानिंग की उसने जेल में बैठकर की, अगर वो सलमान पर फायरिंग जेल में बैठकर करवा सकता है तो सिद्धू मूसेवाले को जेल में बैठकर क्यों नहीं करवा सकता। ये तो सरकार के सामने सबूतों के साथ सारी जो बात है स्पष्ट हो गई है, अब तो कुछ पाने के लिए कुछ बचे ही कुछ नहीं है। लेकिन सरकारें अभी भी अपने आप को लोकतंत्र की सरकारें कहा रही है। मैं सोच रहा हूं अगर ये अपने आप के ऊपर इनको भरोसा उठ गया तो गैंगस्टरों को सौंप रहे सरकार, हमारा तो जो होगा हम अपनी किस्मत के अनुसार जी लेंगे। मामले उत्ते सिद्धू मूसेवाला दे पिता बलकौर सिंह ने आख्या कि सानू हुण इंसाफ दी एक उम्मीद जागी है। उन्हें आख्या कि भावे अदालतों का काम हौली हुंदा है पर इंसाफ तो जरूर मिलेगा। मूसेवाले दे पिता ने सरकार ते तंज कसदे आख्या कि पंजाब सरकार दे नाल नाल केंद्र ने लॉरेंस नूं अपना मेहमान बना के रखा होया। उन्हें आख्या कि लॉरेंस दा काम भी उदों खत्म होवेगा जदों सरकारां नूं पैसा मिलना बंद हो जाएगा। 15 अगस्त नूं देश भर दे विच जिथे तिरंगा झंडा लहराउंदा दिखाई देवेगा तो उत्थे ही देश दीआं सड़कां ते वड्डे पद्धर ते ट्रैक्टर भी दिखाई देणगे जिन्हां दे उपर बैठ के किसान अपने हक्कां दी मांग करनगे अते सरकार दे खिलाफ रोस प्रदर्शन होवेगा। संयुक्त किसान मोर्चा वालों ऐलान किया गया सी कि किसान 3 नवे अपराधिक कानूनों खिलाफ दिल्ली वाल मार्च करने की तैयारी कर रहे हैं। 15 अगस्त नूं आजादी दिहाड़े मौके किसानों ने देश भर विच ट्रैक्टर मार्च करने का ऐलान किया। इस मौके किसान मजदूर संघर्ष कमेटी वालों किसानों नूं खनौरी और शंभू समेत दिल्ली दीआं सरहदां ते पहुंचने की भी अपील की गई है। फैसला किया गया कि ट्रैक्टर मार्च के नाल नाल नवे फौजदारी कानूनों दीआं कापियां भी साड़ियां जाणगियां। इस मौके सतनाम पन्नू का कहना है कि अपनी आजादी की लड़ाई लड़नगे क्योंकि किसानों नूं अधूरी आजादी मिली है। 15 अगस्त नूं दोनों फोरमा वालों जो मोर्चा चला रहा सिर्फ पिछले साढ़े पांच महीनों तो अपनी हाकी मंगा ली उन्होंने वालों 15 अगस्त नूं ऐलान किया गया पंजाब हरियाणा समेत पूरे देश भर च ट्रैक्टर मार्च किए जाएंगे। लखां लोग ट्रैक्टर मार्च करेंगे तो जिहड़ियां अपराध कानून बनाए हैं लोगों के डंडा चलाने वास्ते लोगों के अख कुचल वास्ते उन्हां दीआं जिहड़ियां अपराध कानून दीआं कापियां वह फूकियां जाणगियां साड़ियां जाणगियां पूरे देश दे विच ते पंजाब दे विच। इहदियां पूरियां तैयारियां जिहड़ियां मुकम्मल कर लईआं गईआं पंजाब दे विच किसान मजदूर संघर्ष कमेटी पंजाब वल्लों। इसे तरीके दे नाल 31 अगस्त नूं 200 दिन पूरे हो रहे मोर्चिआं ते शंभू खनौरी ते होर बार्डरां ते उत्थे ਵੱਡੇ ਇਕੱਠ ਲੱਖਾਂ ਦੇ ਕੀਤੇ ਜਾਣਗੇ। ਇਸ ਮੋਰਚੇ ਨੇ ਬਹੁਤ ਕੁਛ ਨਿਖੇੜੇ ਕਰ ਦੇਣੇ ਆ ਉਹਨਾਂ ਕਿਤੇ ਨਹੀਂ ਰਹਿਣ ਦੇਣਾ। ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਲਾਮਬੰਦ ਹੋ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਦੀਆਂ ਕਮੇਟੀਆਂ ਬਣਾਓ ਛੋਟੇ ਦੁਕਾਨਦਾਰ ਦਲਿਤ ਆਦਿਵਾਸੀ ਛੋਟੇ ਵਪਾਰੀ ਸਾਰੇ ਹੀ ਜਿਹੜੇ ਆ ਇਸ ਮੋਰਚੇ ਨੂੰ ਸਮਰਥਨ ਕਰੋ ਅਤੇ ਮੋਰਚੇ ਸ਼ਾਮਿਲ ਹੋ। ਇਹ ਮੋਰਚਾ ਤੁਹਾਡਾ ਕਿੱਤਾ ਬਚਾਊਗਾ ਕਿਸਾਨਾਂ ਦੀਆਂ ਜ਼ਮੀਨਾਂ ਬਚਾਊਗਾ ਤੁਹਾਡੇ ਕਾਰੋਬਾਰ ਬਚਾਊਗਾ ਨਹੀਂ ਤਾਂ ਕਾਰਪੋਰੇਟ ਸਾਰਾ ਕੁਝ ਡੱਪ ਕਰੀ ਜਾ ਰਿਹਾ ਸਭ ਕਾਇਆਂ ਨੂੰ ਨਿਕਲੀ ਜਾ ਰਿਹਾ ਉਹਦਾ ਕਾਰਪੋਰੇਟ ਦਾ ਧਰਮ ਹੀ ਇਹ ਆ ਮੁਨਾਫਾ ਅਤੇ ਮੁਨਾਫੇ ਦੀ ਅਵਸ਼ ਦੇ ਵਿੱਚ ਉਹਦੀ ਮੁਨਾਫੇ ਦੀ ਅਵਸ਼ 'ਤੇ ਵਹਿਸ ਚੱਲ ਰਹੀ ਆ ਹਿੰਦੁਸਤਾਨ 'ਚ ਉਸਨੇ ਲੋਕਾਂ ਨੂੰ ਜਿਹੜਾ ਵਾ ਬਿਲਕੁਲ ਮਤਲਬ
ਮਨੁੱਖ ਰਹਿਣ ਹੀ ਨਹੀਂ ਦਿੱਤਾ ਉਹਨਾਂ ਵਿਚਾਰਿਆਂ ਨੂੰ, ਜੂ ਦੀਆਂ ਲਾਸ਼ਾਂ ਬਣਾਤਾ ਵਾ ਹਿੰਦੁਸਤਾਨ ਦੇ ਵਿੱਚ। ਕੇਂਦਰ ਅਤੇ ਹਰਿਆਣਾ ਸਰਕਾਰਾਂ ਨੇ ਕਿਸਾਨਾਂ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲੇ 6 ਪੁਲਿਸ ਅਫਸਰਾਂ ਨੂੰ 15 ਅਗਸਤ ਮੌਕੇ ਪੁਰਸਕਾਰ ਦੇ ਕੇ ਸਨਮਾਨਿਤ ਕਰਨ ਦਾ ਜੋ ਫੈਸਲਾ ਲਿਆ, ਉਸ ਵਿਰੁੱਧ ਵੀ ਕਿਸਾਨ ਰੋਸ ਪ੍ਰਦਰਸ਼ਨ ਕਰਨਗੇ ਅਤੇ ਆਪਣੀ ਆਜ਼ਾਦੀ ਦੀ ਲੜਾਈ ਲੜਨਗੇ। ਉਹਨਾਂ ਕਿਹਾ ਕਿ ਇਸ ਫੈਸਲੇ ਦੇ ਰੋਸ ਵਜੋਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਜ਼ਾਰਾਂ ਟਰੈਕਟਰਾਂ ਦੇ ਨਾਲ ਦੇਸ਼ ਭਰ ਦੀਆਂ ਸੜਕਾਂ ਤੇ 15 ਅਗਸਤ ਨੂੰ ਰੋਸ ਮਾਰਚ ਕੱਢਿਆ ਜਾ ਰਿਹਾ, ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਪੂਰੇ ਦੇਸ਼ ਦੀ ਅਰਥ ਵਿਵਸਥਾ ਨੂੰ ਵੱਡੀ ਸੱਟ ਮਾਰੀ ਹੈ, ਜਿਸ ਦੇ ਖਿਲਾਫ ਇਹ ਪ੍ਰਦਰਸ਼ਨ ਹੋਵੇਗਾ। ਅੱਜ ਸਦਨ ਦੇ ਵਿੱਚ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਰਾਜ਼ ਹੋ ਗਏ ਅਤੇ ਆਪਣੀ ਕੁਰਸੀ ਛੱਡ ਕੇ ਚਲੇ ਗਏ। ਵਿਰੋਧੀ ਧਿਰ ਵੱਲੋਂ ਕੀਤੇ ਸਵਾਲਾਂ ਤੋਂ ਬਾਅਦ ਸੰਸਦ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਅਤੇ ਧਨਖੜ ਨੇ ਕਿਹਾ ਕਿ ਸਦਨ ਵਿੱਚ ਹਰ ਰੋਜ਼ ਮੇਰਾ ਅਪਮਾਨ ਕੀਤਾ ਜਾ ਰਿਹਾ ਹੈ। ਸੰਸਦ 'ਚ ਬਜਟ ਸੈਸ਼ਨ ਚੱਲ ਰਿਹਾ, ਵਿਨੇਸ਼ ਫੋਗਾਟ ਨੂੰ ਲੈ ਕੇ ਵਿਰੋਧੀ ਧਿਰ ਸੰਸਦ ਵਿੱਚ ਭਾਰੀ ਹੰਗਾਮਾ ਕਰ ਰਹੀਆਂ ਸਨ। ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵਿਰੋਧੀ ਧਿਰ ਤੋਂ ਨਾਰਾਜ਼ ਹੋ ਗਏ। ਨਾਰਾਜ਼ ਧਨਖੜ ਨੇ ਸੀਟ ਛੱਡ ਦਿੱਤੀ। ਉਹਨਾਂ ਕਿਹਾ ਕਿ ਸਦਨ ਵਿੱਚ ਹਰ ਰੋਜ਼ ਮੇਰਾ ਅਪਮਾਨ ਕੀਤਾ ਜਾਂਦਾ ਹੈ। ਵਿਰੋਧੀ ਧਿਰ ਦੇ ਨਾਅਰੇਬਾਜ਼ੀ ਤੋਂ ਗੁੱਸੇ ਵਿੱਚ ਆਏ ਸਭਾਪਤੀ ਆਪਣੀ ਕੁਰਸੀ ਛੱਡ ਕੇ ਚਲੇ ਗਏ। ਇਸ ਤੋਂ ਪਹਿਲਾਂ ਉਹਨਾਂ ਕਿਹਾ ਕਿ ਮੈਂ ਇੱਥੇ ਆਪਣੇ ਆਪ ਨੂੰ ਕਾਬਲ ਨਹੀਂ ਪਾ ਰਿਹਾ। ਉਹਨਾਂ ਕਿਹਾ ਕਿ ਸਦਨ ਵਿੱਚ ਹਰ ਰੋਜ਼ ਮੇਰਾ ਅਪਮਾਨ ਕੀਤਾ ਜਾਂਦਾ ਹੈ। आज मैं आपके सामने अंबाला और आसपास के लोगों की लंबे समय मिस्टर डेलेकोब्रियन मांग को लेकर यू आर शाउटिंग एट द चेयर, योर कंडक्ट इज अग्लीस्ट इन द हाउस, यू आर शाउटिंग एट द चेयर, आई कंडेम योर एक्शन, नेक्स्ट टाइम आई विल शो यू द डोर, हाउ डेयर यू शाउट एट द चेयर एंड सीनियर लीडर्स आर नॉट टेकिंग नोट ऑफ इट, दिस इज अनबिकमिंग कंडक्ट। I will not countenance it. Honorable members, we have seen the ugliest of scene. We saw a dark phase of our democracy during emergency. We know how it starts. It starts first with a challenge to the parliament institution. And that challenge was there. In June 1975, a serious challenge here. I am sure we have distinguished member here. Can anyone countenance this kind of conduct? अब मेरे पास एक ही विकल्प है। मैंने सदन में बहुत वरिष्ठ सदस्य हैं, अब भी उपस्थित हैं, उनका सम्मान करता हूँ। उन्होंने राजनीति मेरे से बहुत ज्यादा देखी है। दुखी मन से मैं मेरी शपथ से दूर नहीं भग रहा हूँ। पर मुझे जो आज मैंने देखा है, जिस तरीके का व्यवहार सदस्य ने किया है, शारीरिक रूप से किया है, जिस तरीके का व्यवहार इधर से भी हुआ है, मैं कुछ समय के लिए यहां बैठने में अपने आप को सक्षम नहीं पा रहा हूं। मैं दुखी मन से नमस्कार। ਵਿਨੇਸ਼ ਫੋਗਾਟ ਮਾਮਲੇ ਵਿੱਚ ਵਿਰੋਧੀ ਧਿਰ ਪਹਿਲਾਂ ਹੀ ਰਾਜ ਸਭਾ ਵਿੱਚੋਂ ਵਾਕਆਊਟ ਕਰ ਚੁੱਕੀ ਸੀ, ਪਰ ਇਸ ਤੋਂ ਪਹਿਲਾਂ ਖੜਗੇ ਨੇ ਕਿਹਾ ਕਿ ਸਾਨੂੰ ਇਹ ਕਾਰਨ ਜਾਣਨਾ ਹੋਵੇਗਾ ਕਿ ਅਜਿਹਾ ਕਿਉਂ ਹੋਇਆ, ਵਿਨੇਸ਼ ਨੂੰ ਅਚਾਨਕ ਬਾਹਰ ਕਿਉਂ ਕੱਢ ਦਿੱਤਾ ਗਿਆ ਅਤੇ ਅਸੀਂ ਕੁਝ ਵੀ ਕਿਉਂ ਨਹੀਂ ਕੀਤਾ। ਖੜਗੇ ਦੇ ਸਵਾਲ ਤੋਂ ਬਾਅਦ TMC ਦੇ ਸੰਸਦ ਮੈਂਬਰ ਡੇਰਕ
ਓਬਰਾਇਨ ਨੇ ਨਾਰੇਬਾਜ਼ੀ ਕੀਤੀ ਅਤੇ ਵਿਰੋਧ ਜਤਾਇਆ। ਇਸ ਤੋਂ ਧਨਖੜ ਬਹੁਤ ਨਾਰਾਜ਼ ਹੋ ਗਏ। ਧਨਖੜ ਨੇ ਕਿਹਾ ਕਿ ਸਪੀਕਰ ਨੂੰ ਸਦਨ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਉਹਨਾਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਗਿਆ। ਵੱਖਰੇ ਤਰੀਕਿਆਂ ਦੇ ਮੁੱਦਿਆਂ ਨੂੰ ਸਦਨ 'ਚ ਚੁੱਕਣ ਲਈ ਜਾਣੇ ਜਾਂਦੇ ਰਾਘਵ ਚੱਡਾ ਨੇ ਅੱਜ ਸਦਨ ਦੇ ਵਿੱਚ ਮਹਿੰਗਾਈ ਦੇ ਨਾਲ ਜੁੜਿਆ ਇੰਡੈਕਸੇਸ਼ਨ ਦਾ ਅਹਿਮ ਪੁਆਇੰਟ ਚੁੱਕਿਆ ਅਤੇ ਆਪਣੀ ਸ਼ਾਇਰੋ ਸ਼ਾਇਰੀ ਵਾਲੇ ਅੰਦਾਜ਼ ਵਿੱਚ ਇਸ ਦਾ ਵਿਰੋਧ ਵੀ ਕੀਤਾ। ਰਾਜ ਸਭਾ ਵਿੱਚ ਅੱਜ ਰਾਘਵ ਚੱਡਾ ਨੇ ਦੇਸ਼ ਅੰਦਰ ਵੱਧਦੀ ਮਹਿੰਗਾਈ ਤੇ ਇਸ ਦਾ ਆਮ ਲੋਕਾਂ ਤੇ ਪੈ ਰਹੇ ਅਸਰ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੈਕਸ ਘਟਾ ਕੇ ਗਰੀਬ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਸ਼ੇਰੋ ਸ਼ਾਇਰੀ ਅੰਦਾਜ਼ ਦੇ ਵਿੱਚ ਰਾਘਵ ਚੱਡਾ ਨੇ ਮੋਦੀ ਸਰਕਾਰ ਤੇ ਖੂਬ ਤੰਜ ਕਸੇ। ਇਸ ਮੌਕੇ ਰਾਘਵ ਨੇ ਇੰਡੈਕਸੇਸ਼ਨ ਹਟਾਉਣ ਦੇ ਨੁਕਸਾਨ ਬਾਰੇ ਵਿਸਥਾਰ ਦੇ ਨਾਲ ਦੱਸਿਆ। ਮੈਂ ਸਰਕਾਰ ਸੇ ਅਨੁਰੋਧ ਕਰੂੰਗਾ ਕਿ ਇੰਡੈਕਸੇਸ਼ਨ ਕੋ ਸਾਰੇ ਐਸੇਟ ਕਲਾਸਿਸ ਪੇ ਰੀਸਟੋਰ ਕਰਨਾ ਚਾਹੀਏ ਔਰ ਕੋਈ ਕਟ ਆਫ ਡੇਟ 23 ਜੁਲਾਈ ਕੇ ਪਹਿਲੇ ਖਰੀਦਾ ਗਿਆ ਐਸੇਟ ਔਰ 23 ਜੁਲਾਈ 2024 ਕੇ ਬਾਅਦ ਖਰੀਦਾ ਗਿਆ ਐਸੇਟ, ਇਸ ਪ੍ਰਕਾਰ ਕੀ ਕਟ ਆਫ ਡੇਟ ਨਹੀਂ ਹੋਣੀ ਚਾਹੀਏ। ਸਰ, ਇਨਫਲੇਸ਼ਨ ਇਸ ਟੈਕਸੇਸ਼ਨ ਵਿਦਾਊਟ ਲੈਜਿਸਲੇਸ਼ਨ। ਮਹਿੰਗਾਈ ਵੋ ਦੀਮਕ ਹੈ ਜੋ ਹਮਾਰੇ ਦੇਸ਼ ਕੋ ਖਾ ਰਹਾ ਹੈ, ਇਸੀ ਲਈ ਹਮ ਇਨਫਲੇਸ਼ਨ ਐਡਜਸਟਿਡ ਰਿਟਰਨਸ ਪੇ ਇਨਕਮ ਟੈਕਸ ਲਗਾਤੇ ਹੈ। ਔਰ ਅਗਰ ਹਮ ਇਹ ਸੋਚ ਰਹੇ ਹੈ ਕਿ ਕੱਲ ਕੀ ਜੋ ਅਮੈਂਡਮੈਂਟ ਹੋਈ ਇਸਸੇ ਰੀਅਲ ਇਸਟੇਟ ਮਾਰਕੀਟ ਮੇ ਕੋ ਬੜਾ ਉਛਾਲ ਆ ਜਾਏਗਾ, ਤੋ ਐਸਾ ਨਹੀਂ ਆਨੇ ਵਾਲਾ। ਸਰ, ਆਜ ਹਮਾਰੇ ਹੋਮ ਬਾਇਰਸ ਹੋ ਯਾ ਇਨਵੈਸਟਰਸ ਹੋ, ਵੋ ਰੀਅਲ ਇਸਟੇਟ ਖਰੀਦਨੇ ਸੇ ਬਚੇਂਗੇ, ਕਿਉਂਕਿ 23 ਜੁਲਾਈ 2024 ਕੇ ਬਾਅਦ ਖਰੀਦਾ ਗਿਆ ਜੋ ਵੀ ਐਸੇਟ ਹੈ ਉਸ ਪੇ ਤੋ ਇੰਡੈਕਸੇਸ਼ਨ ਮਿਲੇਗਾ ਨਹੀਂ। ਆਪਨੇ ਮਾਤਰ 23 ਜੁਲਾਈ ਸੇ ਪਹਿਲੇ ਖਰੀਦੇ ਗਏ ਐਸੇਟਸ ਪੇ ਇੰਡੈਕਸੇਸ਼ਨ ਦਿਆ। ਔਰ ਇਸੀ ਕੇ ਸਾਥ ਸਾਥ ਇੱਕ ਬਹੁਤ ਬੜੀ ਰੀਸੇਲ ਮਾਰਕੀਟ ਹਿੰਦੁਸਤਾਨ ਮੇ ਰੀਅਲ ਇਸਟੇਟ ਕੀ, ਕਿਉਂਕਿ ਹਰ ਵਿਅਕਤੀ ਨਯਾ ਘਰ ਨਹੀਂ ਖਰੀਦ ਸਕਦਾ, ਇਸ ਲਈ ਰੀਸੇਲ ਹੋਤੀ ਹੈ। ਰੀਸੇਲ ਮਾਰਕੀਟ ਮੇ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਜਬ ਮਕਾਨ ਬਿਕੇਂਗੇ ਨਹੀਂ ਤੋ ਰੈਂਟਲ ਇਨਕਮ ਬੜੇਗੀ, ਲੋਕੋ ਕੇ ਮਕਾਨੋ ਕੇ ਕਿਰਾਏ ਮੇ ਇੱਕ ਭਾਰੀ ਉਛਾਲ ਦੇਖਾ ਜਾ ਰਹਾ ਹੈ, ਲੋਕੋ ਕਾ ਖਰਚ ਬੜਨੇ ਵਾਲਾ। ਔਰ ਇਸੀ ਕੇ ਸਾਥ ਸਾਥ ਜੋ ਫੋਰਨ ਇਨਵੈਸਟਮੈਂਟ ਭਾਰਤ ਕੇ ਰੀਅਲ ਇਸਟੇਟ ਮੇ ਹੋਤਾ ਹੈ ਵੋ ਵੀ ਗਿਰਨੇ ਵਾਲਾ ਹੈ, ਐਸੀ ਮੈਂ ਆਜ ਇਸ ਸਦਨ ਮੇ ਭਵਿਸ਼ਯਵਾਣੀ ਕਰਤਾ ਹੂੰ। ਇਸਕੇ ਸਾਥ ਸਾਥ ਰੀਟੇਲ ਇਨਵੈਸਟਰ ਯਾਨੀ ਕਿ ਭਾਰਤ ਕੇ ਮਿਡਲ ਕਲਾਸ ਕੀ ਕਮਰ ਤੋੜਨੇ ਕਾ ਕਾਮ ਸਰਕਾਰ ਨੇ ਕੈਸੇ ਕੀਆ, ਏਕ ਹੀ ਬਜਟ ਮੇ ਸ਼ਾਰਟ ਟਰਮ ਕੈਪੀਟਲ ਗੇਨ ਕੋ 15% ਸੇ ਬੜਾਕਰ 20% ਕਰ ਦਿਆ ਔਰ ਉਸੀ ਬਜਟ ਮੇ ਲੌਂਗ ਟਰਮ ਕੈਪੀਟਲ ਗੇਨ ਕੋ 10% ਸੇ ਬੜਾਕਰ 12.5% ਕਰ ਦਿਆ ਇਕਵਿਟੀ ਪੇ ਔਰ ਅਨਯ ਪਦਾਰਥੋਂ ਪੇ। ਯਾਨੀ ਕਿ ਆਪ ਏਕ ਹੀ ਬਜਟ ਸੇ ਤਮਾਮ ਤਰੀਕੇ ਕੇ ਇਨਵੈਸਟਰਸ ਜੋ ਸ਼ਾਰਟ ਟਰਮ ਕੇ ਲਈ ਇੱਕ ਛੋਟੀ ਅਵਧੀ ਕੇ ਲਈ ਐਸੇਟ ਖਰੀਦਤੇ ਹੈ ਯਾ ਲੰਬੀ ਅਵਧੀ ਕੇ ਲਈ ਐਸੇਟ ਖਰੀਦਤੇ ਹੈ, ਦੋਨੋਂ ਕੀ ਕਮਰ ਆਪਣੇ ਤੋੜਨੇ ਕਾ ਕਾਮ ਕੀਆ ਔਰ ਇਸ ਦੇਸ਼ ਮੇ ਰੀਟੇਲ ਇਨਵੈਸਟਰ ਕੋ ਕੁਚਲਨੇ ਕਾ ਕਾਮ ਯੇ ਸਰਕਾਰ ਕਰਨੇ ਜਾ ਰਹੀ ਹੈ। ਮੈਂ ਆਪਕੇ ਮਾਧਿਅਮ ਸੇ ਅਨੁਰੋਧ ਕਰੂੰਗਾ ਕਿ ਡੋਂਟ ਟੇਕ ਮਿਡਲ ਕਲਾਸ ਰੀਟੇਲ ਇਨਵੈਸਟਰ ਫੋਰ ਗ੍ਰਾਂਟਿਡ, ਹਮੇ ਕੈਸੇ ਫਾਈਨੈਂਸ਼ੀਅਲ ਇਨਕਲੂਜਨ ਇਸ ਦੇਸ਼ ਮੇ ਬੜਾਨੀ ਹੈ ਉਸ ਦਿਸ਼ਾ ਮੇ ਕਾਮ ਕਰਨਾ ਚਾਹੀਏ, ਨਾ ਕਿ ਕੈਸੇ ਹਮ ਇਸ ਦੇਸ਼ ਮੇ ਇਨਵੈਸਟਰਸ ਹਾਊਸ ਹੋਲਡ ਇਨਵੈਸਟਮੈਂਟਸ ਔਰ ਰੀਟੇਲ ਇਨਵੈਸਟਮੈਂਟਸ ਕੋ ਕਮ ਕਰੇ ਉਸ ਸਿਲਸਿਲੇ ਮੇ ਹਮ ਕਾਮ ਕਰੇ। ਰਾਘਵ ਦੇ ਇੰਡੈਕਸੇਸ਼ਨ ਸੰਬੰਧੀ ਭਾਸ਼ਣ ਤੋਂ ਬਾਅਦ ਵਿੱਤ ਮੰਤਰੀ ਨੇ ਇਸ ਨੂੰ ਰੀਸਟੋਰ ਕਰਨ ਦਾ ਫੈਸਲਾ ਕੀਤਾ ਜਿਸ ਦਾ ਰਾਘਵ ਨੇ ਸਵਾਗਤ ਵੀ ਕੀਤਾ, ਪਰ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇਸ ਨਾਲ ਗੱਲ ਨਹੀਂ ਬਣੇਗੀ, ਇਸ ਨੂੰ ਪੂਰੇ ਦਾ ਪੂਰਾ ਰੀਸਟੋਰ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਆਮ ਲੋਕਾਂ ਦੀ ਜੇਬ ਦੇ ਉੱਪਰ ਵਾਧੂ ਬੋਝ ਪੈ ਰਿਹਾ ਹੈ। ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ, ਕੱਲ੍ਹ ਮੁੜ ਹਾਜ਼ਰ ਹੋਵਾਂਗੇ। ਮੈਨੂੰ ਦੇ ਇਜਾਜ਼ਤ, ਧੰਨਵਾਦ।